ਅੱਖਾਂ ਨਾ ਲਾਓ, ਜਿਵੇਂ ਜਿਵੇਂ ਅੱਖ ਲਾਓਗੇ ਇਹਨੇ ਵੱਧਦੇ ਜਾਣਾ। ਬੇਟੇ ਬੇਟੇ ਇਹ ਤਾਂ ਬਕਵਾਸ ਕਰ ਰਿਹਾ ਹੈ, ਜ਼ਿੰਦਗੀ ਐਸੇ ਨਹੀਂ ਬਸਰ ਹੁੰਦੀ। ਦੱਸੋ ਮੇਰੀ ਨੌਂ ਰਾਣੀ ਨੇ ਕਿਹੜਾ ਜੂਸ ਪੀਣਾ ਹੈ? ਅੰਕਲ ਆਪ ਮੁਝੇ ਅਨਾਰ ਕਾ ਜੂਸ ਪਿਲਾ ਦੇ। ਅਨਾਰ ਦਾ ਬੇਟੇ ਅਸੀਂ ਨਹੀਂ ਪੀਂਦੇ, ਸਾਈਡ ਇਫੈਕਟ ਹੋ ਜਾਂਦਾ ਹੈ। ਚਲੋ ਕੋਈ ਗੱਲ ਨਹੀਂ ਅੰਕਲ ਜੀ, ਤੁਸੀਂ ਕੇਲੇ ਦਾ ਪੀ ਲਵੋ। ਅੱਬਾ ਜੀ ਤੁਹਾਨੂੰ ਮੈਂ ਕਿਹਾ ਸੀ ਨਾ ਕੇਲੇ ਦਾ ਜੂਸ ਹੁੰਦਾ ਹੈ। ਉੱਥੇ ਬਹਿ ਜਾ, ਹੁਣੇ ਜੂਸ ਆ ਜਾਂਦਾ। ਨਾ ਤੈਨੂੰ ਸਾਰੇ ਜੂਸ ਯਾਦ ਨੇ, ਤੂੰ ਰੇੜੀ ਤੇ ਸੌਂਦੀ ਕਿਤੇ। ਹੈਲੋ ਆਪਣਾ ਤੁਸੀਂ ਵੀ ਪੀਓਗੇ? ਜੀ ਜੀ ਕਿਉਂ ਨਹੀਂ। ਹਾਂ ਜੀ ਹਾਫਿਜ਼, ਖੁਦਾ ਹਾਫਿਜ਼। ਅੱਬਾ ਜੀ ਜੂਸ ਮੰਗਾਓ। ਬੇਟਾ ਤਿੰਨ ਵੱਡੇ ਗਲਾਸ ਨਾ ਭੇਜ ਦੇ, ਫਲੇਵਰ ਛੱਡੂ, ਮਿਲਕ ਸ਼ੇਕ ਛੱਡੂ। ਇਹ ਕਿਹੜਾ ਹੁੰਦਾ ਜੀ? ਓਏ ਪੀਣ ਲੱਗੇ ਵੇ ਜੀ, ਨੂੰ ਥੋੜਾ ਥੋੜਾ ਛੱਡ ਦੇ ਤੇ ਜ਼ਾਇਆ ਹੀ ਹੋਣਾ। ਅਦਰ ਬਰਬ ਜ਼ਿਆਦਾ ਪਾ ਦੇਣਾ। ਤੁਸੀਂ ਘਬਰਾਓ ਨਾ, ਉਹ ਵੀ ਫਰੈਸ਼ ਹੁੰਦਾ ਹੈ। ਅੱਛਾ ਹਾਂ, ਸਾਡਾ ਸ਼ੌਪਰ ਟੰਗਿਆ ਨਾਲ ਨਾਲ ਹੀ ਵਿੱਚ ਪਾਉਂਦੇ ਰਹਿੰਦੇ ਨੇ, ਤੁਸੀਂ ਟੈਨਸ਼ਨ ਨਹੀਂ ਲੈਣੀ। ਹੈਲੋ ਬੇਟੇ, ਅੱਬਾ ਜੀ ਮੇਰੀ ਗੱਲ ਕਰੋ। ਹਾਂ ਹਾਫ ਜੂਸ, ਆ ਚਾਰ ਗਲਾਸ ਮਿਲਕ ਸ਼ੇਕ ਭੇਜ ਦੇ। ਨਹੀਂ ਦੋ, ਅਸੀਂ ਦੋਵਾਂ ਪਿਓ ਪੁੱਤਰਾਂ ਨੇ ਪੀਣਾ ਤੇ ਆਪਣੇ ਜਾਨ ਨੂੰ ਮੈਂ ਇਕੱਠੇ ਹੀ ਦੋ ਪਿਆ ਦੇਣੇ ਨੇ। ਅੱਸੀ ਰੁਪਏ ਦਾ ਇੱਕ ਗਲਾਸ, ਠੀਕ ਹੈ ਤੂੰ 80 ਰੁਪਏ ਦਾ ਜੂਸ ਚਾਰਾਂ ਗਲਾਸਾਂ 'ਚ ਪਾ ਦੇ। ਯਾਰ ਗਲਾਸਾਂ 'ਚ ਰੋੜੇ ਰੱਖ ਲਈ, ਜੂਸ ਉੱਚਾ ਹੋ ਜਾਏਗਾ। ਆਹੋ ਨਹੀਂ ਪੁੱਠੇ ਗਲਾਸਾਂ 'ਚ ਪਾ ਕੇ ਭੇਜ ਦੇ। ਹੈਂ ਕਦੋਂ? ਕੀ ਮੈਂ ਹੁਣੇ ਹੀ ਆ ਰਿਹਾ। ਅੱਛਾ ਹਾਂ, ਡੁੱਲ ਗਿਆ ਉੱਥੇ ਜਾ ਕੇ ਪੀਣਾ ਪੈਣਾ। ਹੁਣ ਅਨਾਰ ਦਾ ਜੂਸ ਸਾਨੂੰ ਸਾਈਡ ਇਫੈਕਟ ਕਰਦਾ ਭਲਾ? ਕਿਉਂ ਕਿਉਂ ਉਹ ਸਾਨੂੰ ਸਾਈਡ ਤੇ ਕਰਕੇ ਪਿਉਂਦਾ ਨਾ, ਮਤਲਬ ਨਹੀਂ ਹੁੰਦਾ। ਖਾਣਾ ਖਾਓ ਤੁਸੀਂ, ਰੋਟੀਆਂ ਪਾਣੀਆਂ ਖਾ, ਉਹ ਜਵਾਨੀਆਂ ਕਰੋ। ਅੱਜ ਕੱਲ ਦੀਆਂ ਆ ਕੁੜੀਆਂ ਵੇਖ ਲੈ, ਸਾਸੇ ਪੈਕ ਆਉਂਦੀਆਂ। ਹਾਏ ਹਾਏ, ਪਿੰਡ ਦੀਆਂ ਕੁੜੀਆਂ ਐਡੀਆਂ ਐਡੀਆਂ ਨਵੀਆਂ ਜਵਾਨ, ਮੱਝ ਚੁੱਕ ਕੇ ਨਹਿਰ ਲੰਘ ਜਾਂਦੀਆਂ ਨੇ। ਖਾਣਾ ਪੀਣਾ ਕੁਛ? ਹਾਂ ਚਲੋ ਮੁਝੇ ਚਿਕਨ ਕੜਾਹੀ ਮੰਗਵਾ ਦਿਓ। ਠੀਕ ਹੈ। ਹੈਲੋ ਜੀ, ਕੜਾਹੀ ਗੋਸ਼ਤ ਵਾਲੇ ਜੀ? ਅਸਲਾਮ ਅਲੈਕੁਮ ਜਨਾਬ ਜੀ, ਜੀ ਨੌਕਰ ਤੁਹਾਡਾ ਨੌਕਰ। ਹਾਂ ਜੀ ਮੈਂ ਹੀ ਪਕਾਈਆਂ ਸੀ। ਨਹੀਂ ਮਤਲਬ ਤੁਸੀਂ ਇਸ ਤਰ੍ਹਾਂ ਕਰੋ, 3 ਕਿਲੋ ਮਟਨ ਕਰਾਈ ਨਾ ਜੀ। ਹਾਂਜੀ ਅੱਛੀ ਤਰ੍ਹਾਂ ਭੁੰਨ ਕੇ ਕਾਲੀਆਂ ਮਿਰਚਾਂ ਪਾ ਕੇ, ਤੇ ਘਰ ਦਾ ਨੰਬਰ ਕੀ? 88 'ਚ ਭੇਜ ਦਿਓ ਜੀ, ਅੱਲਾ ਦੇ ਨਾਂ 'ਤੇ। ਹਾਂਜੀ ਪੈਸੇ ਪੈਸੇ ਹੁੰਦੇ ਤਾਂ ਮੈਂ ਕੱਲ੍ਹ ਨਾ ਖਾ ਜਾਂਦਾ। ਨਹੀਂ ਨਹੀਂ ਕਿੱਥੇ ਪਛਾਣਨਾ ਗਰੀਬਾਂ ਨੂੰ ਤੁਸੀਂ? ਕੱਲ੍ਹ ਜਦੋਂ ਮੁੰਡਾ ਤਵੇ 'ਤੇ ਕੀਮਾ ਬਣਾਉਣ ਡਿਆ ਸੀ, ਹਾਂ ਉਹਦੇ ਸਾਹਮਣੇ ਤਰਸਿਆ ਕੌਣ ਖਲੋਤਾ ਸੀ? ਮੈਂ ਹੀ ਹਾਂ ਜੀ, ਮੇਰਾ ਨੰਬਰ ਤੁਹਾਡੇ ਕੋਲ ਆ ਗਿਆ, ਲਿਖ ਲਓ। ਜਦੋਂ ਵਧੀਆ ਸਾਲਣ ਸੁੱਟਣਾ ਹੋਵੇ ਮੈਨੂੰ ਮਿਸ ਭੇਜ ਦੇਣਾ ਤੁਸੀਂ। ਸਰ ਮੈਂ ਉੱਥੇ ਡਰੰਮੀ ਦੇ ਨਾਲ ਹੀ ਬੈਠਾ ਨਾ, ਜੇ ਜੇ ਮੁੰਡਾ ਨਹੀਂ ਲਿਆ ਕੇ ਸੁੱਟਦਾ, ਮੁੰਡਾ ਪਤਾ ਨਹੀਂ ਤੁਹਾਡਾ ਚਰਸ ਪੀਂਦਾ, ਕੱਲ੍ਹ ਮੇਰੇ ਸਿਰ 'ਤੇ ਸਾਲਣ ਸੁੱਟ ਗਿਆ। ਉਹਨੂੰ ਕਹੋ ਡਰੰਮੀ ਦੇ ਕੋਲ ਆ ਕੇ ਖੰਘ ਲਿਆ ਕਰੇ, ਮੈਂ ਸ਼ਾਪਰ ਕੈਚ ਕਰਨਾ ਹੁੰਦਾ। ਆ ਮੈਂ ਕਿਹੜਾ ਸ਼ਾਹ ਦਾ ਫਰਿੱਜ ਵੀ ਫੌਰੀ ਫੜ ਲੈਣਾ। ਹਾਂਜੀ ਅੱਛਾ ਸਲਾਦ ਨੂੰ ਥੋੜ੍ਹਾ ਜਿਹਾ ਪਾਣੀ ਮਰਵਾ ਲਿਆ ਕਰੋ, ਘਿਓ ਲੱਗਾ ਹੁੰਦਾ। ਨਹੀਂ ਨਹੀਂ ਖਾਣੀ ਤਾਂ ਮੈਂ ਹੀ ਹੁੰਦੀ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਝੂਠੀ ਹੈ। ਹਾਂਜੀ ਅਤੇ ਨਾਲੇ ਰਹਿਤੇ 'ਚ ਸਿਗਰਟ ਕਿਹਨੇ ਬੁਝਾਇਆ ਸੀ? ਨਹੀਂ ਉਹ ਮੈਨੂੰ ਨਹੀਂ ਪਤਾ ਲੱਗਣਾ, ਤੁਹਾਡੀ ਭਰਜਾਈ ਨੇ ਬੁਰਕੀ ਲਾਈ ਦੇ ਵਿੱਚ ਫਿਲਟਰ ਆ ਗਿਆ। ਹਾਂ ਮੈਂ ਉਹਨਾਂ ਨੂੰ ਕਹਿੰਦਾ ਰਿਹਾ, ਮੈਂ ਕਿਹਾ ਗੋਲਡ ਲੀਫ ਵਾਲਿਆਂ ਦਾ ਰਾਇਤਾ ਖਾਓ, ਕੋਈ ਗੱਲ ਨਹੀਂ। ਹਾਂਜੀ ਫਿਰ ਬੁਰਕੀ ਨੂੰ ਤੀਲੀ ਲਾ ਦੀ, ਤੀਲੀ ਲਾ ਕੇ ਖਾਧੀ। ਹਾਂਜੀ ਤੁਸੀਂ ਝੂਠੇ ਸਾਲਾਂ 'ਤੇ ਲਿਖ ਦਿਆ ਕਰੋ ਨਾ ਨੋ ਸਮੋਕਿੰਗ। ਹਾਂ ਚਲੋ ਬੱਚਾ ਰਹਿੰਦਾ, 12 ਵਜੇ ਦੁਕਾਨ ਬੰਦ ਕਰਨੀ? ਠੀਕ ਹੈ ਸ਼ੋਪਰ 'ਚ ਪਾ ਕੇ ਤਾਲੇ ਦੇ ਨਾਲ ਰੱਖ ਦਿਓ, ਮੈਂ ਜਾਂਦਾ ਹੋਇਆ ਚੁੱਕ ਲਾਂਗਾ। ਸ਼ੋਪਰ ਡਬਲ ਕਰ ਦੇਣਾ, ਦੂਰ ਜਾਣਾ ਹੁੰਦਾ ਮੈਂ। ਮੇਰੀ ਗੱਲ ਕਰਾ, ਉਹ ਬੇਟੇ ਸਾਲਣ ਉੱਤੇ ਟੰਗ ਕੇ ਜਾਇਆ ਕਰੋ, ਰਾਤ ਵੀ ਤੁਸੀਂ ਥੱਲੇ ਲੱਗ ਗਏ ਹੋ। ਉਹ ਕੁੱਤਾ ਲੈ ਚੱਲਾ ਸੀ ਜੀ, ਅਸੀਂ ਟਾਈਮ ਨਾਲ ਨਾ ਪਹੁੰਚਦੇ। ਉਹ ਤਾਂ ਮੇਰੇ ਮੁੰਡੇ ਦਾ ਵਾਕਫ ਸੀ, ਤਦੇ ਹੀ ਉਹਨੇ ਫੜਿਆ ਸੀ। ਹਾਂਜੀ ਹਾਂ ਅੱਲਾ ਜੀ, ਜਿਹੜਾ ਸ਼ਾਪਰ ਲੈ ਕੇ ਗਿਆ ਸੀ ਨਾ ਉਹਨਾਂ ਗੱਲ ਕਰ ਲਓ। ਹੈਲੋ ਅੱਛਾ ਜੀ 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 ਅੱਛਾ, ਉਹ ਕਹਿੰਦਾ ਕੁੱਤੇ ਦੇ ਪਿਓ ਨਾਲ ਗੱਲ ਕਰਾ। ਬੇਟੇ ਬੰਦ ਕਰ, ਅਸੀਂ ਤੇਰਾ ਭੌਂਕਣ ਲੱਗੇ ਹਾਂ। ਸਰ ਅੰਦਰ ਆ ਕੇ ਬੈਠ ਕੇ ਗੱਲ ਕਰੋ, ਰਿਸ਼ਤਾ ਤੁਹਾਡੇ ਆ ਕੀ ਅੰਕਲ ਨੂੰ ਮੇਰੀ ਤਾਰੀਫਾਂ ਕਰਨਾ ਕਿ ਜਦੋਂ ਮੈਂ ਇਹਨਾਂ ਦੇ ਘਰ ਜਾਣਾ ਹੈ ਤੇ ਜਦੋਂ ਮੈਂ ਇੱਕ ਦਫਾ ਕਹਿਣਾ ਨਾ ਸਵੀਟ ਚੀਲੀ ਤੇ ਇਹਨਾਂ ਸਾਰਿਆਂ ਦੀ ਜਾਨ ਨਿਕਲ ਜਾਏ। ਉਹ ਕਿੱਥੇ ਮਰ ਜਾਏ ਜੇ ਰਿਸ਼ਤੇ ਦੀ ਗੱਲ ਕਰੀਏ? ਚਾਚੀ ਚੂਰ ਲਵੋਗੇ? ਆ ਚਾਚਾ ਗੱਲ ਨਿਬੜੀ ਹੈ। ਆ ਬੈਠੇ ਪਹਿਲਾਂ ਤੂੰ ਵੀ ਮੈਨੂੰ ਚਾਚਾ ਜਿਹਾ ਲੱਗਣ ਲੱਗ ਪਿਆ। ਉੱਥੇ ਬਹਿ ਕੇ ਗੱਲਾਂ ਕਰੋ ਜ਼ਰਾ।